ਪੰਜਾਬ 'ਚ ਹੜ੍ਹਾਂ ਦੇ ਕਾਰਨ ਤਕਰੀਬਨ 2000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਖੁਦ ਮੁੱਖ ਮੰਤਰੀ ਨੇ ਆਪਣੇ ਟਵੀਟ ਰਾਹੀਂ ਦਿੱਤੀ ਹੈ। ਉਹਨਾਂ ਵੱਲੋਂ ਇੱਕ ਡਾਟਾ ਵੀ ਜਾਰੀ ਕੀਤਾ ਗਿਆ ਹੈ, ਜਿਹਦੇ ਮੁਤਾਬਕ ਤਕਰੀਬਨ ਜਿਹੜਾ 317.63 mm ਜਿਹੜੀ ਬਾਰਿਸ਼ ਹੈ ਉਹ ਹੁਣ ਤੱਕ ਜਿਹੜੀ ਹੋਈ ਹੈ। ਇਸ ਤੋਂ ਇਲਾਵਾ 18 ਜ਼ਿਲ੍ਹੇ ਜਿਹੜੇ ਪੰਜਾਬ ਦੇ ਉਹ ਇਸ ਹੜ੍ਹ ਦੇ ਵਿੱਚ ਪ੍ਰਭਾਵਿਤ ਹੋਏ ਨੇ। ਤਕਰੀਬਨ 554 ਪਿੰਡਾਂ ਨੂੰ ਇਹਦੇ ਕਾਰਨ ਨੁਕਸਾਨ ਪਹੁੰਚਿਆ ਹੈ ਅਤੇ 13,635 ਲੋਕ ਇਸ ਨਾਲ ਜਿਹੜੇ ਹੈ ਪ੍ਰਭਾਵਿਤ ਹੋਏ ਨੇ। ਇਹਨਾਂ ਵਿੱਚੋਂ 8 ਲੋਕਾਂ ਦੀ ਜਿਹੜੀ ਹੈ ਮੌਤ ਵੀ ਹੋਈ ਹੈ, ਜਿਨ੍ਹਾਂ 'ਚ ਲੁਧਿਆਣਾ 'ਚ 5, ਜਲੰਧਰ 'ਚ 1, ਰੂਪਨਗਰ 'ਚ 1 ਅਤੇ ਫਾਜ਼ਿਲਕਾ 'ਚ 1 ਵਿਅਕਤੀ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਇੱਕ ਜਿਹੜਾ ਆਦਮੀ ਹੈ ਉਹ ਹਲੇ ਮਿਸਿੰਗ ਵੀ ਹੈਗਾ ਅਤੇ 12 ਲੋਕ ਜਿਹੜੇ ਇਸ ਹੜ੍ਹਾਂ ਦੇ ਵਿੱਚ ਘਾਇਲ ਹੋਏ ਨੇ। ਇਹ ਤਕਰੀਬਨ ਜਿਹੜੇ ਮਕਾਨ ਜਿਹੜੇ ਇਸਦੇ ਵਿੱਚ ਡੈਮੇਜ ਹੋਏ ਹੈ ਉਹਦੇ ਬਾਰੇ ਜ਼ਿਕਰ ਕਰਦੇ ਹਾਂ। ਮੁੱਖ ਮੰਤਰੀ ਵੱਲੋਂ ਦੱਸਿਆ ਗਿਆ ਹੈ ਕਿ 1457 ਮਕਾਨ ਪੂਰੀ ਤਰੀਕੇ ਨਾਲ ਜਿਹੜੇ ਹੈ ਜਿਹੜੇ ਪੱਕੇ ਘਰ ਹੈਗੇ ਉਹ ਤਬਾਹ ਹੋਏ ਨੇ ਅਤੇ ਜਿਹੜੇ ਪਾਰਸ਼ਲੀ ਤੌਰ 'ਤੇ 298 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਜਿਹੜੇ ਕੱਚੇ ਹਾਊਸ ਹੈਗੇ ਹੈ ਉਹਨਾਂ ਵਿੱਚੋਂ 49 ਮਕਾਨ ਐਸਾ ਜਿਹੜੇ ਕਿ ਪੂਰੀ ਤਰੀਕੇ ਨਾਲ ਤਬਾਹ ਹੋਏ ਨੇ ਅਤੇ ਜਿਹੜੇ ਪਾਰਸ਼ਲੀ ਤੌਰ 'ਤੇ 64 ਮਕਾਨ ਹੈਗੇ ਜਿਹੜੇ ਤਬਾਹ ਹੋਏ ਨੇ। 4228 ਜਿਹੜੇ ਜਾਨਵਰਾਂ ਦੀ ਇਸ ਹੜ੍ਹਾਂ ਦੇ ਵਿੱਚ ਜਿਹੜੀ ਮੌਤ ਹੋਈ ਨੇ ਅਤੇ ਜਿਹੜੇ ਪਰਸਨਸ ਨੂੰ ਇਵੈਕੂਏਟ ਕੀਤਾ ਗਿਆ ਜਿਹੜੇ ਕੱਢੇ ਗਏ ਨੇ ਉਹਨਾਂ 'ਚੋਂ 5,973 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਜਿਹੜੇ ਰਿਲੀਫ ਕੈਂਪ ਜਿਹੜੇ ਇਨਮੇਟਸ ਲਗਾਏ ਗਏ ਉਹ 99 ਹੈਗੇ ਅਤੇ ਜਿਹੜੇ ਕੈਟਲਸ ਲਈ ਜਿਹੜੇ ਰਿਲੀਫ ਕੈਂਪ ਲੱਗੇ ਉਹ 4 ਰਿਲੀਫ ਕੈਂਪ ਲਗਾਏ ਗਏ ਨੇ। ਇਸ ਤੋਂ ਇਲਾਵਾ ਜਿਹੜੇ ਕੈਟਲਸ ਦੇ ਲਈ ਰਿਲੀਫ ਕੈਂਪਾਂ ਦੇ ਵਿੱਚ 3,000 ਜਿਹੜੇ ਵਿਅਕਤੀ ਜਿਹੜੇ ਕੰਮ ਕਰ ਰਹੇ ਨੇ ਅਤੇ ਜਿਹੜਾ ਟੋਟਲ ਜਿਹੜਾ ਕ੍ਰੋਪ ਨੂੰ ਜਿਹੜਾ ਨੁਕਸਾਨ ਹੋਇਆ ਉਹ ਹੈ 1,72,223 ਏਕੜ। ਯਾਨੀ ਕਿ ਮੁੱਖ ਮੰਤਰੀ ਵੱਲੋਂ ਸਾਫ਼ ਦੱਸਿਆ ਗਿਆ ਕਿ ਜਿਹੜਾ ਆਂਕੜਾ ਪਹਿਲਾਂ 1700 ਕਰੋੜ ਦਾ ਸੀਗਾ ਉਹ ਹੁਣ ਵੱਧ ਕੇ 2000 ਕਰੋੜ ਤੋਂ ਉੱਪਰ ਪਹੁੰਚ ਚੁੱਕਿਆ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। ਆਈ ਐਮ ਸੁਪ੍ਰਿਆ ਗੇਰਾ, ਆਈ ਐਮ 20 ਈਅਰ ਇੰਜੀਨੀਅਰਿੰਗ ਸਟੂਡੈਂਟ। ਸੋ ਆਈ ਜੁਆਇਨ ਬੋਡੀ ਫੈਬ ਅਬਾਊਟ 3-4 ਮੰਥਸ ਬੈਕ ਐਂਡ ਮੈਨੇ ਆਪਣੀ ਵੇਟ ਲੋਸ ਜਰਨੀ 84 ਕੇਜੀ ਸੇ ਸਟਾਰਟ ਕਰੀ ਥੀ ਐਂਡ ਨਾਓ ਆਮ ਅਬਾਊਟ 69 ਕੇਜੀ। ਆਈ ਸਟਰੋਂਗਲੀ ਰਿਕਮੈਂਡ ਜੋ ਆਪਣਾ ਵੇਟ ਲੋਸ ਕਰਨਾ ਚਾਹਤੇ ਹੈ, ਜੋ ਓਬੇਸਿਟੀ ਸੇ ਬਾਹਰ ਆਉਣਾ ਚਾਹਤੇ ਹੈ, ਜੋ ਆਪਣੇ ਹੈਲਥ ਇਸ਼ੂਜ਼ ਕੋ ਇੰਪਰੂਵ ਕਰਨਾ ਚਾਹਤੇ ਹੈ, ਆਪਣੀ ਈਟਿੰਗ ਹੈਬਿਟਸ ਕੋ ਇੰਪਰੂਵ ਕਰਨਾ ਚਾਹਤੇ ਹੈ, ਬੋਡੀ ਫੈਟ ਇਜ਼ ਦ ਰਾਈਟ ਪਲੇਸ ਟੂ ਗਾਈਡ ਯੂ।